ਜੀ ਮੈਡਮ ਦੱਸੋ ਕੀ ਮਾਮਲਾ ਸੀਗਾ ਜੀ ਮੇਰਾ ਨਾ ਸਾਡੇ ਦੋ ਗਵਾਂਢੀ ਹੈ ਮੇਰੇ ਹਸਬੈਂਡ ਇੱਥੇ ਹੈ ਨਹੀਂ ਗੇ ਅਤੇ ਮੈਂ ਬੁਟੀਕ ਦਾ ਕੰਮ ਕਰਦੀ ਹਾਂ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹਾਂ ਬੁਟੀਕ ਦਾ ਕੰਮ ਕਰਕੇ ਅਤੇ ਉਹ ਮੁੰਡੇ ਦੋ ਹੈਗੇ ਆ ਇੱਕ ਜਸਪਾਲ ਸਿੰਘ ਭੱਟੀ ਇੱਕ ਰਜਿੰਦਰ ਸਿੰਘ ਉਪਸੋਨੂ ਅਤੇ ਦੋਵੇਂ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀਗੇ ਅਤੇ ਨਾ ਉਹ ਮੈਨੂੰ ਇੰਨਾ ਜ਼ਿਆਦਾ ਟੋਰਚਰ ਕਰਦੇ ਸੀਗੇ ਲੰਘਦੀ ਵੜਦੀ ਨਹੀਂ ਸ਼ਰਾਬ ਪੀ ਕੇ ਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀਗੀ ਇੱਕ ਲੋਕਡਾਊਨ ਕਰਕੇ ਕੋਈ ਆਉਂਦਾ ਜਾਂਦਾ ਵੀ ਨਹੀਂ ਸੀਗਾ ਅਤੇ ਮੈਂ ਨਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਮੈਂ ਫਾਂਸੀ ਲੈ ਲਈ ਸੀਗੀ अपने आप नूं खतम करन दी कोशिश कीती भी ਪਾਜੀ ਇਹਨਾਂ ਨੇ ਨਾ ਕੋਈ ਵੀ ਮੇਰੇ ਘਰ ਹੁਣ ਮੇਰੇ ਹਸਬੈਂਡ ਹੈ ਨਹੀਂ ਗੇ ਤੁਹਾਨੂੰ ਪਤਾ ਕਿ ਸਾਰੇ ਕੰਮ ਲੇਡੀਜ਼ ਨੂੰ ਆਪ ਹੀ ਕਰਵਾਉਣੇ ਪੈਂਦੇ ਆ ਬੱਚਿਆਂ ਦੀ ਦਵਾਈ ਦਾਰੂ ਲੈਣ ਜਾਣਾ ਪੈਂਦਾ ਤਾਂ ਆਪ ਜਾਣਾ ਆ ਅਤੇ ਜੇ ਕੋਈ ਵੀ ਕੰਮ ਘਰ ਦਾ ਖਰਾਬ ਹੋ ਗਿਆ ਤਾਂ ਉਹ ਆਪ ਹੀ ਆਉਣਾ ਕਿਸੇ ਨੂੰ ਬੁਲਾਉਣਾ ਪੈਂਦਾ ਹੁਣ ਕੋਈ ਲੇਡੀਜ਼ ਤਾਂ ਕੰਮ ਕਰਦੇ ਨਹੀਂ ਹੈਗੇ ਕਿ ਉਹ ਆ ਜਾਣ ਮੈਂ ਜੈਂਟਸ ਹੀ ਕੰਮ ਕਰਦੇ ਆ ਕੋਈ ਵੀ ਜੈਂਟਸ ਆਉਂਦਾ ਸੀ ਤਾਂ ਮੈਨੂੰ ਇੱਦਾਂ ਟੋਰਚਰ ਕਰਦੇ ਸੀਗੇ ਕਿ ਤੂੰ ਬਾਹਰੋਂ ਜੋ ਬੰਦੇ ਬੁਲਾਉਂਦੀ ਆ ਸਾਨੂੰ ਕਹਿੰਦੇ ਰਹੇ ਅਸੀਂ ਆ ਜਾ ਕਰਾਂਗੇ ਤੇਰੇ ਘਰ ਵਾਲੇ ਦੀ ਕਮੀ ਅਸੀਂ ਪੂਰੀ ਕਰ ਦਾਂਗੇ ਜੋ ਕਿ ਭਾਜੀ ਮੇਰੇ ਕੋਲ ਇੱਦਾਂ ਦੇ ਇਲਜ਼ਾਮ ਬਰਦਾਸ਼ਤ ਨਹੀਂ ਹੋਏ ਨਾ ਮੈਂ ਸੁਣ ਨਹੀਂ ਪਾਈ ਇਹਨਾਂ ਨੇ ਮੈਨੂੰ ਇੰਨੀਆਂ ਗੰਦੀਆਂ ਗੰਦੀਆਂ ਮੇਰੇ ਸਾਹਮਣੇ ਅਸ਼ਲੀਲ ਹਰਕਤਾਂ ਇੱਥੇ ਕਰਦੇ ਸੀਗੇ ਕਿ ਮੈਂ ਖੁਦ ਸ਼ਰਮਿੰਦਾ ਹੋ ਜਾਂਦੀ ਸੀਗੀ ਅਤੇ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਸੀਂ ਇੱਥੇ ਨਾ ਬੈਠ ਕੇ ਸ਼ਰਾਬਾ ਪੀਓ ਅਤੇ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਇੱਥੇ ਹੁਣ ਕਿਹੜਾ ਏਰੀਆ ਹੈਗਾ ਜਿੱਥੇ ਤੁਸੀਂ ਆਪਣੇ ਸਸੁਰਾਲ ਹੈਗੇ ਤੋਂ ਪ੍ਰਿਥਵੀ ਨਗਰ ਵਿੱਚ ਰਹਿੰਦੀ ਹਾਂ ਜੀ ਮੈਂ ਜਲੰਧਰ ਜੀ ਅਤੇ ਸਾਡੇ ਨਾਲ ਹੀ ਗੁਆਂਢੀ ਹੋਈ ਆ ਉਹ ਮੁੰਡੇ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕਰਦੀ ਪਈ ਹਾਂ ਅਤੇ ਉਹਨਾਂ ਤੋਂ ਦੁਖੀ ਹੋ ਕੇ ਤੰਗ ਪਰੇਸ਼ਾਨ ਹੋ ਕੇ ਉਹ ਮੈਨੂੰ ਕਹਿੰਦੇ ਕਿ ਤੂੰ ਜਿਹਨੂੰ ਮਰਜ਼ੀ ਕੰਪਲੇਂਟ ਕਰ ਦੇ ਅਸੀਂ ਪੁਲਿਸ ਵੀ ਸਾਡਾ ਕੁਛ ਨਹੀਂ ਵਿਗਾੜ ਸਕਦੀ ਅਤੇ ਫਿਰ ਮੈਂ 10 ਮਈ ਨੂੰ ਆਪਣੇ ਆਪ ਨੂੰ ਬੇਵਸ ਲਿਜਾਰ ਸਮਝਦੇ ਹੋਏ ਅਤੇ ਆਪਣੀ ਚੁੰਨੀ ਨਾਲ ਆਪਣੇ ਕੋਠੇ 'ਤੇ ਛੱਤ 'ਤੇ ਜਾ ਕੇ ਫਾਂਸੀ ਲੈ ਲਈ ਅਤੇ ਥੋੜ੍ਹੀ ਕੁ ਦੇਰ ਬਾਅਦ ਮੇਰੇ ਬੇਟੇ ਨੇ ਮੈਨੂੰ ਲੱਭਿਆ ਮੈਨੂੰ ਕਾਫੀ ਉਹਨੂੰ ਮੈਂ ਮਿਲੀ ਨਹੀਂ ਅਤੇ ਫਿਰ ਮੈਨੂੰ ਉੱਪਰ ਜਾ ਕੇ ਉਹਨੇ ਦੇਖਿਆ ਕਿ ਮੰਮਾ ਲਮਕੇ ਹੋਏ ਆ ਉਹਨੇ ਮੇਰੀ ਬੇਟੀ ਨੂੰ ਦੱਸਿਆ ਅਤੇ ਕਿਸੇ ਵੀ ਤਰ੍ਹਾਂ ਮੇਰੇ ਬੱਚਿਆਂ ਨੇ ਮੈਨੂੰ ਉਤਾਰ ਕੇ ਅਤੇ ਰੌਲਾ ਪਾਇਆ ਚੁੰਨੀ ਮੇਰੀ ਕੱਟ ਕੇ ਕੈਂਚੀ ਨਾਲ ਉਹਨਾਂ ਨੇ ਫਿਰ ਰੌਲਾ ਪਾਇਆ ਕਿ ਮੇਰੀ ਮੰਮਾ ਨੇ ਫਾਂਸੀ ਲੈ ਲਈ ਹੈ ਤਾਂ ਮਹੱਲਾ ਸਾਰਾ ਇਕੱਠਾ ਹੋਇਆ ਮੇਰਾ ਬ੍ਰਦਰ ਆਏ ਮੇਰੇ ਬ੍ਰਦਰ ਮੈਨੂੰ ਕਿਸੇ ਵੀ ਤਰ੍ਹਾਂ ਜਨਤਾ ਹੋਸਪਿਟਲ ਲੈ ਕੇ ਗਏ ਪਹਿਲਾਂ ਦੋ ਹੋਸਪਿਟਲ 'ਚ ਲੈ ਕੇ ਗਏ ਸੀ ਉਹਨਾਂ ਨੇ ਜਵਾਬ ਦੇ ਦਿੱਤਾ ਸੀਗਾ ਫਿਰ ਜਨਤਾ ਹੋਸਪਿਟਲ ਵਾਲਿਆਂ ਜਿੰਨੇ ਜਨਤਾ ਹੋਸਪਿਟਲ 'ਚ ਮੇਰਾ 3-4 ਦਿਨ ਟ੍ਰੀਟਮੈਂਟ ਚੱਲਿਆ ਕਿੰਨੀ ਤਰੀਕ ਉਸੇ ਦਿਨ ਹੀ ਲੱਗ ਗਏ ਉਸ ਹਾਂਜੀ ਉਸੇ ਦਿਨ ਹੀ ਲੱਗ ਗਏ ਸੀਗੇ ਅਤੇ 10 ਮਈ ਨੂੰ ਅਤੇ ਫਿਰ ਪਹਿਲਾਂ ਤਾਂ ਹੋਸਪਿਟਲ ਵਾਲੇ ਉੱਥੇ ਆਈ ਰਾਮਾ ਮੰਡੀ ਚੌਂਕੀ ਤੋਂ ਪੁਲਿਸ ਆਈ ਸੀਗੀ ਅਤੇ ਉਹਨਾਂ ਨੇ ਮੇਰੇ ਮਤਲਬ ਕਿ ਬਹੁਤ ਹਾਲਤ ਨਾਜ਼ੁਕ ਸੀ ਮੇਰੀ ਮੈਨੂੰ ਤਾਂ ਹੋਸ਼ ਵੀ ਨਹੀਂ ਸੀਗੀ ਜਦੋਂ ਪੁਲਿਸ ਆਈ ਹੈ ਮੈਨੂੰ ਕਹਿੰਦੇ ਪਏ ਆ ਕਿ ਪੁਲਿਸ ਆਈ ਸੀਗੀ ਅਤੇ ਫਿਰ ਭਾਜੀ ਪੁਲਿਸ ਚਲੀ ਗਈ ਕਿ ਅਸੀਂ ਦੁਬਾਰਾ ਆ ਜਾਵਾਂਗੇ ਫਿਰ 14 ਤਰੀਕ ਨੂੰ ਉਹ ਸਾਡੇ ਘਰ ਆਏ ਸੀਗੇ ਅਤੇ ਪ੍ਰੀਤਨਗਰ ਮੇਰੇ ਪੇਕੇ ਉੱਥੇ ਆਏ ਸੀਗੇ ਅਤੇ ਉਹਨਾਂ ਨੇ ਫਿਰ ਮੇਰੇ ਬਿਆਨ ਲਏ 14 ਤਰੀਕ ਨੂੰ ਮਤਲਬ ਲੈਣ ਆਏ ਸੀਗੇ ਫਿਰ ਵੀ ਮੇਰੇ ਕੋਲ ਬੋਲਣ 'ਚ ਅਸਮਰਥ ਸੀਗੀ ਕਿਉਂਕਿ ਮੇਰੇ ਗਲੇ 'ਤੇ ਗਲੇ ਦੇ ਵਿੱਚ ਵੀ ਜ਼ਖਮ ਹੋਏ ਹੋਏ ਸੀਗੇ ਅਤੇ ਗਲੇ ਦੇ ਬਾਹਰ ਵੀ ਜ਼ਖਮ ਹੋਏ ਹੋਏ ਸੀਗੇ ਠੀਕ ਹੈ ਤਾਂ ਕੁਛ ਮੈਡੀਸਨ ਕਰਕੇ ਵੀ ਮੇਰੇ ਕੋਲ ਬੋਲਿਆ ਨਹੀਂ ਪਾ ਰਿਹਾ ਜਾ ਰਿਹਾ ਸੀਗਾ ਠੀਕ ਹੈ ਅਤੇ ਫਿਰ ਪੁਲਿਸ ਨੇ ਮੇਰੇ 20 ਤਰੀਕ ਨੂੰ ਬਿਆਨ ਲਏ ਕਹਿੰਦੇ ਕਿ ਤੁਸੀਂ ਜਦੋਂ ਕੁੜੀ ਠੀਕ ਹੋ ਜਾਏਗੀ ਸਾਨੂੰ ਦੱਸ ਦਿਓ ਫਿਰ ਅਸੀਂ ਪੁਲਿਸ ਨੂੰ ਲਗਾਤਾਰ 2-3 ਦਿਨ ਕਾਲ ਕਰਕੇ 20 ਤਰੀਕ ਨੂੰ ਬੁਲਾਇਆ ਠੀਕ ਹੈ ਤਾਂ 20 ਤਰੀਕ ਦੇ ਪੁਲਿਸ ਨੇ ਮੇਰੇ 20 ਮਈ ਦੇ ਬਿਆਨ ਲਏ ਹੋਏ ਆ ਜਿਹਦੀ ਕਿ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਉਹ ਮੁੰਡੇ ਉੱਦਾਂ ਹੀ ਘੁੰਮਦੇ ਆ ਕਿ ਜਿੱਦਾਂ ਕਿ ਗੁਨਾਹ ਮੈਂ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਹੁੰਦਾ ਗੁਨਾਹ ਮੈਂ ਕੀਤਾ ਹੁੰਦਾ ਅਤੇ ਉਹ ਮੈਨੂੰ ਹਜੇ ਵੀ ਟੋਰਚਰ ਕਰਦੇ ਆ ਇੱਕ ਤਿੰਨ ਇਹਦੀ ਮਤਲਬ ਕਿ ਤੁਸੀਂ ਸਿਰਫ ਉਸ ਵੇਲੇ ਬਿਆਨ ਹੀ ਹੋਏ ਉਸ ਤੋਂ ਬਾਅਦ ਤੁਸੀਂ ਕਿਸੇ ਉੱਚ ਅਧਿਕਾਰੀਆਂ ਦੇ ਕੋਲ ਵੀ ਗੁਹਾਰ ਲਗਾਈ ਵੀ ਮੈਨੂੰ ਹਾਂਜੀ ਮੈਂ ਕਮਿਸ਼ਨਰ ਸਾਹਿਬ ਕੋਲ ਵੀ ਗਈ ਸੀਗੀ ਕਦੋਂ ਗਏ ਸੀਗੇ ਤੇ ਕਮਿਸ਼ਨਰ ਸਾਹਿਬ ਕੋਲ ਮੈਂ 4 ਤਰੀਕ ਨੂੰ ਗਈ ਸੀਗੀ ਜੂਨ ਦੀ 4 ਜੂਨ ਨੂੰ ਗਏ ਸੀ ਹਾਂਜੀ ਤੇ ਫਿਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਮੈਂ 181 ਤੇ ਵੀ ਕਾਲ ਕੀਤੀ ਆ ਕਈ ਵਾਰੀ 2-3 ਵਾਰ ਉਹਨਾਂ ਨੂੰ ਵੀ ਕਿਹਾ ਮੈਂ ਉਹ ਕਹਿੰਦੇ ਆ ਜੀ ਰਾਮਾ ਮੰਡੀ ਪੁਲਿਸ ਹੀ ਕੁਛ ਕਰੇਗੀ ਅਸੀਂ ਹੁਣ ਕੁਛ ਨਹੀਂ ਕਰ ਸਕਦੇ ਅਸੀਂ ਦਰਖਾਸਤ ਤੁਹਾਡੀ ਅੱਗੇ ਕਰ ਦਿੱਤੀ ਹੋਈ ਆ ਮੇਰੀ ਭਾਜੀ ਕੋਈ ਸੁਣਵਾਈ ਨਹੀਂ ਹੋਈ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਆਰੋਪੀਆਂ ਨੂੰ ਸਜ਼ਾ ਮਿਲੇ ਤਾਂ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਸਾਥ ਨਾ ਦਿੰਦੇ ਹੋਏ ਮੇਰਾ ਸਾਥ ਦੇਵੇ ਕਿਉਂਕਿ ਮਜਬੂਰ ਮੈਂ ਹਾਂ ਉਹ ਮਜਬੂਰ ਨਹੀਂ ਹੈਗੇ ਮਰਨ ਦੀ ਕੋਸ਼ਿਸ਼ ਮੈਂ ਕੀਤੀ ਸੀ ਉਹਨਾਂ ਨੇ ਨਹੀਂ ਕੀਤੀ ਸੀ